ਮੁਸ਼ਾਇਰਾ ਹੌਲੇ ਹੌਲੇ ਬਖਦਾ ਵੈਂਦਾ, ਮੁੱਕਦਾ ਨਹੀਂ ਵੈਂਦਾ, ਬਖਦਾ ਵੈਂਦੇ ਹੌਲੇ ਹੌਲੇ। ਔਰ ਇਹ ਮੈਨੂੰ ਲੱਗਦਾ ਕਿ ਇਹ ਭਾਵ ਮੁਸ਼ਾਇਰੇ ਅੱਗ ਮੁਸ਼ਾਇਰੇ 'ਚ ਤਬਦੀਲ ਸੀ ਹੌਲੇ ਹੌਲੇ, ਕਿਉਂਕਿ ਮੈਨੂੰ ਲੱਗਦਾ ਹਾਲੇ ਤੇਲ ਹੀ ਲੱਗੀ ਇਹ ਔਰ ਭਾਵ ਭੜਕੀ ਕੋਈ ਨਹੀਂ, ਭਾਵ ਅੱਗਾਂ ਵਾਂਝ ਕੇ ਭੜਕ ਸੀ। ਲੇਕਿਨ ਅਗਰ ਤੁਹਾਡੀ ਸਮਾਤ ਆ ਇਸ ਪਾਸੇ, ਅਗਰ ਰਾਸਿਨ ਸ਼ਾਇਰਾਂ ਵਾਲੇ ਪਾਸੇ ਤਾਂ, ਔਰ ਉਸ ਵਾਸਤੇ ਇਹ ਕਿ ਸ਼ਾਇਰਾਂ ਕੋ ਜ਼ਿੰਦਾ ਰੱਖਣ ਵਾਸਤੇ ਉਹਨਾਂ ਕੋ ਵਾਹ ਵਾਹ ਚਾਹੀਦੀ ਹੁੰਦੀ ਹੈ। ਲੇਕਿਨ ਸਾਰੇ ਦੋਸਤ ਇੱਕ ਵਾਰ ਵਾਹ ਵਾਹ 'ਤੇ ਕਰੋ, ਪਤਾ ਲੱਗੇ ਵੀ ਵਾਹ 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 ਅਤੇ ਵਾਹ ਵਾਹ। ਅੱਛਾ, ਔਰ ਜਨਾਬ ਇਸ ਵੇਲੇ ਜਿਹੜਾ ਇੱਕ ਸ਼ਾਇਰ ਨੂੰ ਮੈਂ ਇੱਥੇ ਦਾਵਤ ਦਿੰਦਾ ਪਿਆ ਜਨਾਬ, ਹਾਲ ਹੀ ਦੇ ਵਿੱਚ ਜਨਾਬ ਉਹਨਾਂ ਦਾ ਓਪਰੇਸ਼ਨ ਥੇ, ਔਰ ਉਹ ਵੀ ਗੁਰਦੇ ਦਾ, ਔਰ ਬੜਾ ਖੌਫਨਾਕ ਓਪਰੇਸ਼ਨ ਹੁੰਦੇ ਆ। ਲੋ ਉਹਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਹੈ ਔਰ ਤੁਹਾਡੀਆਂ ਖੁਸ਼ੀਆਂ ਨੂੰ ਦੁਬਾਲਾ ਕਰਨ ਕੀਤੇ ਤੇ ਜਨਾਬ ਸਪੈਸ਼ਲ ਖਾਸ ਤੌਰ 'ਤੇ ਤਸ਼ਰੀਫ ਗਿਨਾ ਹਨ, ਔਰ ਤੁਹਾਡੀਆਂ ਢੇਰ ਸਾਰੀਆਂ ਤਾਲੀਆਂ ਜੈ ਵੇਲੇ ਤੱਕ ਉੱਥੇ ਖੜੇ ਰਾਵੇਂ ਤਾਂ ਜਨਾਬ ਤੁਸੀਂ ਮਿਹਰਬਾਨੀ ਹੈ ਕਰਨੀ ਹੈ ਕਿ ਉਹਨਾਂ ਵਾਸਤੇ ਤਾੜੀਆਂ ਵਜਾਉਣੀਆਂ ਅਤੇ ਵਾਹ ਵਾਹ ਉਹ ਆਪ ਕਰਾ ਗਏ ਸਨ ਜਨਾਬ ਸਨਾਉਲਾ ਸਨਾ ਸਾਹਿਬ। ਔਰ ਇਹ ਸਨਾਉਲਾ ਸਨਾ ਸਾਹਿਬ ਇਸ ਵਾਸਤੇ ਡਰਦੇ ਹਾਂ ਅਗਰ ਦਾਦ ਨਾ ਦੇ ਸੋ ਹਿੰਨ ਇਸਲਾਮਾਬਾਦ ਪੁਲਿਸ ਦੇ ਬਾਅਦ ਨਾਕੇ 'ਤੇ ਅਗਰ ਕਿਸੇ ਨੂੰ ਰੋਕ ਗਿਣੇ ਤਾਂ ਨਾਰਾਜ਼ ਨਹੀਂ ਥੀ ਹੋਣਾ ਇਹਨਾਂ ਦੇ ਨਾਲ, ਜ਼ਰੂਰ ਵਾਹ ਵਾਹ। ਵੈਸੇ ਆਪ ਕਰ ਐਸੇ ਤਾਲੀਆਂ ਤੁਸਾਂ ਵਜਾਉਣੀਆਂ ਬਿਸਮਿਲ੍ਲਾ ਰਹਿਮਾਨ ਰਹੀਮ। ਕੋਈ ਹੂਰਾ ਮੰਗਦਾ ਹੈ ਮਾਲਿਕ ਤੂੰ, ਕੋਈ ਬਸ਼ਰ ਜਜ਼ਾਈ ਪਿਆ ਮੰਗਦਾ ਹੈ, ਕੋਈ ਮਸਜਿਦ ਅਤੇ ਕੋਈ ਕਾਬੇ ਵਿੱਚ ਕੋਈ ਖੈਰ ਕਿਦਾਈ ਪਿਆ ਮੰਗਦਾ ਹੈ। ਮਿਹਰਬਾਨੀ, ਕੋਈ ਹੂਰਾ ਮੰਗਦਾ ਹੈ ਮਾਲਿਕ ਤੂੰ, ਕੋਈ ਬਸ਼ਰ ਜਜ਼ਾਈ ਪਿਆ ਮੰਗਦਾ ਹੈ, ਕੋਈ ਮਸਜਿਦ ਅਤੇ ਕੋਈ ਕਾਬੇ ਵਿੱਚ ਕੋਈ ਖੈਰ ਕਿਦਾਈ ਪਿਆ ਮੰਗਦਾ ਹੈ, ਔਰ ਕੋਈ ਮੰਗਦਾ ਹੈ ਸੈਲ ਸਨਾ ਬਣ ਕੇ, ਕੋਈ ਅਜਰ ਇਥਾਈ ਪਿਆ ਮੰਗਦਾ ਹੈ, ਦੇ ਮਲਕਾ ਮੁੜ ਹੋਏ ਸੁੱਖ ਦੀਆਂ ਕੜੀਆਂ, ਬਿਮਾਰ ਦਵਾਈ ਪਿਆ ਮੰਗਦਾ ਹੈ। ਮਿਹਰਬਾਨੀ ਨਵਾਜ਼ਿਸ਼, ਮਿਹਰਬਾਨੀ, ਬੜੀ ਮਿਹਰਬਾਨੀ, ਬੜੀ ਮਿਹਰਬਾਨੀ। ਕੋਈ ਹੂਰਾ ਮੰਗਦਾ ਹੈ ਮਾਲਿਕ ਤੂੰ, ਕੋਈ ਬਸ਼ਰ ਜਜ਼ਾਈ ਪਿਆ ਮੰਗਦਾ ਹੈ, ਕੋਈ ਮਸਜਿਦ ਅਤੇ ਕੋਈ ਕਾਬੇ ਵਿੱਚ ਕੋਈ ਖੈਰ ਕਿਦਾਈ ਪਿਆ ਮੰਗਦਾ ਹੈ, ਔਰ ਕੋਈ ਮੰਗਦਾ ਹੈ ਸੈਲ ਸਨਾ ਬਣ ਕੇ, ਕੋਈ ਅਜਾਰੀ ਥਾਈ ਪਿਆ ਮੰਗਦਾ ਹੈ, ਦੇ ਮਲਕਾ ਮੁੜ ਹੋਵੇ ਸੁੱਖ ਦੀਆਂ ਘੜੀਆਂ, ਬਿਮਾਰ ਦਵਾਈ ਪਿਆ ਮੰਗਦਾ ਹੈ। ਜਦਾਂ ਲਿਖੀਆਂ ਤਾਂ ਵੱਤ ਕੁੰਝ ਕੇ ਲਿਖਸਾਂ, ਸਣੇ ਰਾਵੀ ਵਿਆਤ ਚਨਾ ਲਿਖਸਾਂ। ਬੜੀ ਮਿਹਰਬਾਨੀ, ਬੜੀ ਨਵਾਜ਼ਿਸ਼ ਅੰਬਰ ਸਾਹਿਬ, ਬੜੀ ਨਵਾਜ਼ਿਸ਼, ਬੜੀ ਮਿਹਰਬਾਨੀ, ਮਿਹਰਬਾਨੀ। ਜਦਾਂ ਲਿਖੀਆਂ ਤਾਂ ਵੱਤ ਕੁੰਝ ਕੇ ਲਿਖਸਾਂ, ਸਣੇ ਰਾਵੀ ਵਿਆਤ ਚਨਾ ਲਿਖਸਾਂ, ਗੱਲ ਜਿਤਣੀ ਹੋਈ ਮੈਂ ਉਤਣੀ ਲਿਖਸਾਂ, ਮਨ ਗੜਤ ਕਹਾਣੀਆਂ ਨਾ ਲਿਖਸਾਂ। ਔਰ ਇਹ ਦਾਵਾ ਨਹੀਂ ਮਜਬੂਰੀ ਹੈ, ਨਾ ਅੜੀਆ ਲਫ਼ਜ਼ ਕਿਥਾਂ ਲਿਖਸਾਂ, ਅਜੇ ਠੀਕ ਸਨਾ ਮੈਂ ਲਿਖ ਨਹੀਂ ਸਕਦਾ, ਜਦੋਂ ਲਿਖਣ ਦਾ ਹੋਇਆ ਤਾਂ ਲਿਖਸਾਂ। ਬੜੀ ਮਿਹਰਬਾਨੀ, ਬੜੀ ਮਿਹਰਬਾਨੀ, ਮਿਹਰਬਾਨੀ, ਮਿਹਰਬਾਨੀ ਤਾਇਬ ਸਾਹਿਬ, ਮਿਹਰਬਾਨੀ। ਜਦਾਂ ਲਿਖੀਆਂ ਤਾਂ ਵੱਤ ਕੁੰਝ ਕੇ ਲਿਖਸਾਂ, ਸਣੇ ਰਾਵੀ ਵਿਆਤ ਚਨਾ ਲਿਖਸਾਂ, ਗੱਲ ਜਿਤਣੀ ਹੋਈ ਮੈਂ ਉਤਣੀ ਲਿਖਸਾਂ, ਮਨ ਗੜਤ ਕਹਾਣੀਆਂ ਨਾ ਲਿਖਸਾਂ। ਔਰ ਇਹ ਦਾਵਾ ਨਹੀਂ ਮਜਬੂਰੀ ਹੈ, ਨਾ ਅੜੀਆ ਲਫ਼ਜ਼ ਕਿਥਾਂ ਲਿਖਸਾਂ, ਅਜੇ ਠੀਕ ਸਨਾ ਮੈਂ ਲਿਖ ਨਹੀਂ ਸਕਿਆ, ਅਜੇ ਠੀਕ ਸਨਾ ਮੈਂ ਲਿਖ ਨਹੀਂ ਸਕਦਾ, ਜਿੱਦਾਂ ਲਿਖਣ ਦਾ ਹੋਇਆ ਤਾਂ ਲਿਖਸਾਂ। ਔਰ ਮਿਹਰਬਾਨੀ, ਗੱਲ ਲਿਖਣ ਦੀ ਰੱਬ ਤੂੰ ਹੱਲ ਪਈ ਏ, ਗੱਲ ਲਿਖਣ ਦੀ ਰੱਬ ਤੂੰ ਹੱਲ ਪਈ ਏ, ਕਿਵੇਂ ਗੁਜ਼ਰ ਗਈ ਉਹ ਛਿਕ ਲਿਖਾਂ, ਜਿਹੜਾ ਹਾਸਿਲ ਬਚਿਆ ਸੰਗਤਾਂ ਦਾ, ਕਿਵੇਂ ਦੋ ਨੂੰ ਬਣ ਕੇ ਇੱਕ ਲਿਖਾਂ, ਜਿਵੇਂ ਹਾਸਿਲ ਬਚਿਆ
ਸੰਗਤਾਂ ਦਾ ਕਿਵੇਂ ਦੋ ਨੂੰ ਭੰਨ ਕੇ ਹਿੱਕ ਲਿਖਾਂ ਤੇ ਲਿਖਾਂ ਨਫ਼ਰਤ ਇਹ ਵੀ ਸੱਜਣਾ ਦੀ ਯਾ ਲੂੜ ਵਿਰਾਗ ਤੇ ਸਿੱਖ ਲਿਖਾਂ ਮੈਨੂੰ ਅੱਜ ਤਾਈਂ ਲਿਖਣ ਦਾ ਵੱਲ ਨਹੀਂ ਆਇਆ ਕਿਵੇਂ ਪੈ ਗਈ ਪਿਆਰ 'ਚ ਫਿੱਕ ਲਿਖਾਂ ਮਿਹਰਬਾਨੀ 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 ਸਰ ਨਵਾਜ਼ਿਸ਼ ਸਾਈਂ ਨਵਾਜ਼ਿਸ਼ ਜੀ ਭਾਈ ਮੈਮ ਕਰ ਮਿਹਰਬਾਨੀ ਸਰ ਨਵਾਜ਼ਿਸ਼ ਨਵਾਜ਼ਿਸ਼ ਔਰ ਕਿਵੇਂ ਵਾਂਗ ਮੈਂ ਫੁੱਟ ਗਈਆਂ ਸੰਗਤਾਂ ਦੀ ਇੱਕ ਲਾਪੀ ਸਾਜ ਨੂੰ ਤਰਾਂਡਾ ਖਾਂ ਕਿਵੇਂ ਵਾਂਗ ਮੈਂ ਫੁੱਟ ਗਈਆਂ ਸੰਗਤਾਂ ਦੀ ਇੱਕ ਲਾਪੀ ਸਾਜ ਨੂੰ ਤਰਾਂਡਾ ਖਾਂ ਕੁਝ ਆਖਾਂ ਉਤਲਿਆਂ ਬੰਦਿਆਂ ਨੂੰ ਜਾਂ ਗਲਤ ਨਸੀਬ ਦੀ ਵੰਡ ਆਖਾਂ ਔਰ ਸਾਰੇ ਦੇਸ਼ ਨੂੰ ਚੱਲਣ ਸੁਣਾ ਪਿਆ ਦਿਸਦਾ ਹੈ ਜਿਵੇਂ ਕੀਤੀ ਏ ਲੱਗਦਿਆਂ ਕੰਡ ਆਖਾਂ ਜਿੱਦਾਂ ਚੱਖਿਆ ਹੀ ਫਰਕ ਮਲੂਮ ਹੋ ਵੱਜਣਾ ਹੈ ਕਿਵੇਂ ਬੀਠੇ ਹੋਏ ਲੂਣ ਨੂੰ ਖੰਡ ਆਖਾਂ ਮਿਹਰਬਾਨੀ ਬੜੀ ਨਵਾਜ਼ਿਸ਼ ਮੈਂ ਤਾਂ ਬੇਦਾ ਮੈਂ ਤਾਂ ਮਿਹਰਬਾਨੀ ਬਹੁਤ ਨਵਾਜ਼ਿਸ਼ ਸਾਈਂ ਸੋਨੇ ਖਰੇ ਦਾ ਮਾਸਾ ਹੀ ਵੱਧ ਗਿਣਦੇ ਨੂੰ ਭਾਵੇਂ ਪਿੱਤਲ ਦਾ ਸਾਲਿਮ ਪਾ ਹੋਵੇ ਘੱਟ ਮੁੜ ਵੀ ਵਿਕਦਾ ਹੈ ਸੋਨੇ ਤੂੰ ਜਿਹੜਾ ਬੇਸ਼ੱਕ ਪਿੱਤਲ ਨੂੰ ਭਾ ਹੋਵੇ ਔਰ ਹੇ ਠੀਕ ਅਖਾਣ ਵਡੇਰਿਆਂ ਦਾ ਛਾਲਾ ਸਿਆਣੀ ਸੰਗਤ ਸੁਣਾ ਹੋਵੇ ਜੋ ਬੇਅਕਲੇ ਸੱਜਣ ਤੋਂ ਬਿਹਤਰ ਹੁੰਦਾ ਹੈ ਜਿਹੜਾ ਦੁਸ਼ਮਣ ਅਕਲ ਦਿਨਾ ਹੋਵੇ ਕਿਆ ਕਹਿਣੇ ਵਾਹ ਵਾਹ ਇੱਕ ਦਫ਼ਾ ਫਿਰ ਤਾਲੀਆਂ ਵਜਾ ਦੇ